ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਪਾਲ ਕਿੰਗ ਜਨਰੇਟਰਸ, ਜੋ ਕਿ ਕੋਟਪੁਰਾ ਬਾਈਪਾਸ ਬੋਨਾ ਚੌਂਕ ਮੋਗਾ ਵਿਖੇ ਹੈ। ਇੱਥੇ 5 ਕਿਲੋ ਵਾਟ ਤੋਂ 125 ਕਿਲੋ ਵਾਟ ਤੱਕ ਸਾਇਲੈਂਟ ਜਨਰੇਟਰ ਤਿਆਰ ਕੀਤੇ ਜਾਂਦੇ ਹਨ ਅਤੇ 407, 709 ਲੈਲੈਂਡ ਅਤੇ ਕਾਰਗੋ ਦੇ ਇੰਜਨ ਫਿੱਟ ਕੀਤੇ ਜਾਂਦੇ ਹਨ। ਪਾਲ ਕਿੰਗ ਜਨਰੇਟਰਸ ਆਪਣੇ ਇਲਾਕੇ ਵਿੱਚ ਇੱਕ ਬ੍ਰਾਂਡ ਹੈ। ਦੂਰੋਂ ਦੂਰੋਂ ਗ੍ਰਾਹਕ ਇੱਥੇ ਪਹੁੰਚਦੇ ਹਨ ਅਤੇ ਇੱਥੋਂ ਜਨਰੇਟਰ ਖਰੀਦਦੇ ਹਨ। ਸਾਡੀ ਟੀਮ ਨੇ ਇੱਥੋਂ ਦੇ ਓਨਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪਾਲ ਕਿੰਗ ਜਨਰੇਟਰ ਬਾਰੇ ਸਾਨੂੰ ਜਾਣਕਾਰੀ ਦਿੱਤੀ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਪਾਲ ਕਿੰਗ, ਇੱਕ ਐਸਾ ਨਾਮ ਜਿਹਨੇ ਪਿਛਲੇ ਲੰਬੇ ਸਮੇਂ ਤੋਂ ਜਨਰੇਟਰਾਂ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ। ਬਹੁਤ ਸਿੰਪਲਸਿਟੀ ਤੋਂ ਸ਼ੁਰੂ ਕੀਤਾ, ਪਹਿਲਾਂ ਜਨਰੇਟਰ ਸਹੀ ਕਰਦਾ ਹੁੰਦਾ ਸੀਗਾ ਔਰ ਹੌਲੀ ਹੌਲੀ ਕਰਕੇ ਤਰੱਕੀ ਕਰਕੇ ਬੰਦੇ ਨੇ ਅੱਜ ਆਪਣਾ ਇੱਕ ਬ੍ਰਾਂਡ ਬਣਾਇਆ। ਬਾਈ, ਤੇਰਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਬਾਈ, ਕਿਵੇਂ ਤੇਰੇ ਮਤਲਬ ਜ਼ਿੰਦਗੀ ਦਾ ਜਿਹੜਾ ਹੈਗਾ ਛੋਟਾ ਜਿਹਾ ਪੌਦਾ ਜਿਹੜਾ ਤੁਸੀਂ ਲਾਇਆ ਸੀ, ਬੂਟਾ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਗਿਆ ਔਰ ਬੜੀ ਦੂਰ ਦੂਰ ਤੱਕ ਤੇਰੇ ਜਨਰੇਟਰ ਜਿਹੜੇ ਆ ਜਾਂਦੇ ਆ, ਦਿੱਲੀ ਤੱਕ ਜਾਂਦੇ ਹੈਗੇ ਆ, ਪੰਜਾਬ 'ਚ ਸਾਰੇ 'ਚ ਜਾਂਦੇ ਆ, ਕਿਵੇਂ ਤੁਸੀਂ ਆਪਦਾ ਇਹ ਨਾਮ ਬਣਾਇਆ, ਕਿਵੇਂ ਪਹਿਲਾਂ ਤੋਂ ਸੇਵਾ ਸ਼ੁਰੂ ਕੀਤੀ ਔਰ ਕਿਵੇਂ ਅੱਜ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ ਹੋ? ਸਤਿ ਸ਼੍ਰੀ ਅਕਾਲ ਜੀ। ਮੈਂ ਬਾਘੇ ਪੁਰਾਣੇ ਤੋਂ ਕੰਮ ਸਿੱਖਿਆ ਸੀ, ਗਿਆਨੀ ਮਾਰਕੀਟ ਦੇ ਵਿੱਚੋਂ ਗੁਰਮੇਲ ਸਿੰਘ ਮੇਲਾ ਦੀ ਵਰਕਸ਼ਾਪ ਸੀ, ਉੱਥੇ ਰਿਪੇਅਰ ਦਾ ਕੰਮ ਕਰਦੇ ਹੁੰਦੇ ਅਸੀਂ, ਬਹੁਤ ਜਾਣੇ ਸੱਜਣ ਮਿੱਤਰ ਸੀਗੇ। ਹੌਲੀ 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 ਅਸੀਂ 93 ਦੇ ਵਿੱਚ ਕੰਮ ਸਿੱਖ ਕੇ ਫਿਰ ਬਾਘੇ ਪੁਰਾਣੇ ਕਾਲੇ ਘਰੋੜ 'ਤੇ ਦੁਕਾਨ ਬਣਾਈ। ਉਸ ਤੋਂ ਬਾਅਦ ਫਿਰ ਕੰਮ ਬਹੁਤ ਵਧੀਆ ਰਿਹਾ, ਫਿਰ ਅਸੀਂ ਉਸ ਤੋਂ ਬਾਅਦ ਮੋਗਾ ਸ਼ਿਫਟ ਕੀਤਾ, ਫਿਰ ਇੱਥੇ ਸਾਇਲੈਂਟ ਜਨਰੇਟਰਾਂ ਦਾ ਕੰਮ ਸ਼ੁਰੂ ਕੀਤਾ ਜੀ। ਬਹੁਤ ਪ੍ਰੋਸੈਸ ਮਿਲਿਆ, ਲੋਕਾਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ, ਮਾਲਕ ਦੀ ਬੜੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ। ਅਸੀਂ ਬਹੁਤ ਹਾਈ ਲੈਵਲ 'ਤੇ ਜਨਰੇਟਰ ਬਣਾਉਂਦੇ ਹਾਂ, ਵੱਡੇ ਵੱਡੇ ਫੈਕਟਰੀਆਂ ਇੰਡਸਟਰੀਆਂ ਸਾਇਲੈਂਟ ਜਨਰੇਟਰ ਤਿਆਰ ਕਰਦੇ ਹਾਂ ਜੀ। ਬਾਈ ਜੀ, ਸਾਇਲੈਂਟ ਜਨਰੇਟਰ ਜਿਹੜਾ ਕਿ ਅੱਗੇ ਬੜੀ ਪਰੇਸ਼ਾਨੀ ਹੁੰਦੀ ਸੀ ਬੰਦੇ ਨੂੰ, ਜਦੋਂ ਜਨਰੇਟਰ ਚੱਲਦੇ ਸੀਗੇ ਤਾਂ ਦਿਮਾਗ ਨਾੜੀਆਂ ਫੜਦੀਆਂ ਸੀਗੀਆਂ, ਕੀ ਕਹਿਣਾ ਚਾਹੋਗੇ? ਸਾਇਲੈਂਟ ਜਨਰੇਟਰ ਹੀ ਨਹੀਂ ਇਕੱਲੇ ਬੁੜੀਆਂ ਦਾ ਕੰਮ, ਜਿਹੜੀਆਂ ਘਰ ਦੀਆਂ ਉਹਨਾਂ ਦਾ ਕੰਮ ਸਿਰਫ ਉਹਦੇ 'ਤੇ ਬਟਨ ਦੇ ਹੱਥ ਰੱਖਣਾ, ਬਾਕੀ ਸਾਰਾ ਕੰਮ ਤਾਂ ਤੁਹਾਡਾ, ਬੰਦ ਕਰਾਉਣਾ ਵੀ ਆਪਣੇ ਆਪ 'ਚ ਹੋ ਜਾਣਾ ਉਹਨੇ, ਚੱਲਣਾ ਵੀ ਆਪਦੇ ਆਪ, ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਆਟੋਮੈਟਿਕ ਜਨਰੇਟਰ ਤਿਆਰ ਕਰਦੇ ਹਾਂ ਜੀ, 7.5 ਕਿਲੋ ਵਾਟ ਤੋਂ ਲੈ ਕੇ 125 ਕਿਲੋ ਵਾਟ ਤੱਕ ਜਨਰੇਟਰ ਤਿਆਰ ਕਰਦੇ ਹਾਂ, ਜਿਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਂਦੀ ਕਿ ਆਟੋ ਸਟਾਰਟ ਆ, ਆਟੋ ਸਟੋਪ ਆ, ਸਾਰਾ ਲੈਟ ਜਾਣ ਤੋਂ 12 ਸਕਿੰਟਾਂ ਬਾਅਦ ਆਪੇ ਹੀ ਚੱਲ ਪੈਂਦੇ ਆ, ਅਤੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਗੀ, ਪੂਰੇ ਸਾਇਲੈਂਟ ਆ, 100% ਸਾਇਲੈਂਟ ਆ ਜਾਣੀ ਕਿ। ਬਾਈ ਜੀ, ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰ ਲਈਏ ਤੁਹਾਡੇ ਜ਼ਿੰਦਗੀ ਦੇ ਐਕਸਪੀਰੀਅੰਸ ਦੀ, ਤੁਸੀਂ ਪੁਰਾਣੇ ਜਨਰੇਟਰ ਵੀ ਅਗਲੇ ਦੇ ਲੈ ਲੈਂਦੇ ਆ, ਉਹਨਾਂ ਨੂੰ ਵੀ ਕੋਈ ਨਾ ਕੋਈ ਜਿਹੜਾ ਹੈਗਾ ਸਿਸਟਮ ਬਣਾ ਲੈਂਦੇ ਆ ਵੀ ਜਿਹਦੇ 'ਚ ਬੰਦੇ ਦੇ ਦਿਮਾਗ 'ਤੇ ਕੋਈ ਬੋਝ ਰਵੇ ਨਾ। ਹਾਂਜੀ, ਪੁਰਾਣੇ ਜਨਰੇਟਰ ਲੈ ਕੇ ਉਹਨਾਂ ਨੂੰ ਵੀ ਸਾਇਲੈਂਟ ਕਰ ਦਿੰਦੇ ਹਾਂ, ਜੇ ਕਿਸੇ ਨੇ ਕਰਾਉਣਾ ਹੋਵੇ ਤਾਂ ਪੁਰਾਣਾ ਜਨਰੇਟਰ ਲਿਆ ਸਕਦਾ ਸਾਡੇ ਕੋਲ, ਅਸੀਂ ਕਨੋਪੀਆਂ ਨਵੀਆਂ ਵੀ ਲਾਉਂਦੇ ਹਾਂ, ਪੁਰਾਣੀਆਂ ਕਨੋਪੀਆਂ ਦੇ ਵਿੱਚ ਵੀ ਪਾ ਕੇ ਦਿੰਦੇ ਹਾਂ ਅਤੇ ਨਵੇਂ ਸੈੱਟ ਵੀ ਤਿਆਰ ਕਰਦੇ ਹਾਂ। ਬਿਲਕੁਲ ਬਾਈ ਜੀ, ਜਿਵੇਂ ਤੁਹਾਡਾ ਨਾਮ ਬਣਿਆ ਹੋਇਆ ਹੈਗਾ ਔਰ ਆਸ ਪਾਸ ਜਿਹੜਾ ਇਲਾਕਾ ਹੈਗਾ ਤੁਹਾਨੂੰ ਜਾਣਦਾ, ਤੁਸੀਂ ਸਰਵਿਸ ਦੇ ਵਿੱਚ ਕਦੇ ਸਮਝੌਤਾ ਨਹੀਂ ਕਰਦੇ ਜਦੋਂ ਬੰਦੇ ਨੂੰ ਸਰਵਿਸ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਜਦੋਂ ਜਨਰੇਟਰ ਖਰਾਬ ਹੋ ਜਾਂਦਾ ਜਾਨ ਨਿਕਲ ਜਾਂਦੀ ਹੈ, ਤੁਹਾਡੇ ਕੋਲ ਆਰਡਰਸ ਬਾਹਲੇ ਹੁੰਦੇ ਆ, ਉਹਦੇ ਬਾਵਜੂਦ ਵੀ ਤੁਸੀਂ ਜਿਹੜਾ ਹਰੇਕ ਬੰਦੇ ਨੂੰ ਵਧੀਆ ਤਰੀਕੇ ਨਾਲ ਭੁਗਤਾ ਦਿੰਦੇ ਹੋ, ਲਾਰਾ ਨਹੀਂ ਲਾਉਂਦੇ, ਇਹਨੂੰ ਕਹਿੰਦੇ ਬਾਈ ਉਦੋਂ ਸਹੀ ਹੋ ਜੂਵੇਂ ਸਹੀ ਹੋ ਜਾਂਦਾ? ਹਾਂਜੀ, ਸਰਵਿਸ ਤਾਂ ਕੁਇਕ ਆ ਜੀ, ਕੋਈ ਚੱਕਰ ਨਹੀਂ ਗਾ, ਆਪਣਾ ਸਾਡਾ ਹੁਸ਼ਿਆਰਪੁਰ ਗੁਰਦਾਸਪੁਰ ਤਾਂ ਜਨਰੇਟਰ ਲੱਗਿਆ, ਫਗਵਾੜੇ ਲੱਗੇ ਆ, ਹਿਮਾਚਲ ਲੱਗੇ ਆ, ਕੋਈ ਚੱਕਰ ਨਹੀਂ, ਜੇ ਕੰਪਲੇਂਟ ਆਉਂਦੀ ਆ ਇਹਨੂੰ ਟਾਈਮ ਦੇ ਦੇਈਦਾ, ਉਸ ਟਾਈਮ 'ਤੇ ਪਹੁੰਚ ਜਾਈਦਾ, ਕੋਈ ਪਰੇਸ਼ਾਨੀ ਨਹੀਂ ਆਊਗੀ। ਔਰ ਬਾਈ ਜੀ, ਰੇਟਾਂ ਦੇ ਵਿੱਚ ਵੀ, ਕਿਉਂਕਿ ਤੁਸੀਂ ਆਪਦਾ ਬਣਾ ਰਹੇ ਹੋ, ਤੁਸੀਂ ਕੋਈ ਬਾਹਲੀ ਐਡ ਨਹੀਂ ਕਰ ਰਹੇ, ਕੋਈ ਹੋਰ ਨਹੀਂ ਕਰ ਰਹੇ, ਤੁਹਾਡਾ ਮਾਉਥ ਵਾਇਸ ਹੈਗੀ ਆ ਵੀ ਇੱਕ ਤੋਂ ਗਾਂ ਲੋਕ ਜਿਹੜੇ ਹੈਗੇ ਨਾਲ ਜੁੜੀ ਜਾਂਦੇ ਆ, ਅਤੇ ਰੇਟ ਵੀ ਤੁਹਾਡੇ ਬੜੇ ਜਾਇਜ਼ ਰੱਖੇ ਆ। ਹਾਂਜੀ, ਰੇਟ ਤਾਂ ਜਾਇਜ਼ ਹੀ ਆ ਜੀ, ਚੈਨ ਨਾ ਚੈਨ ਚੱਲੀ ਜਾਂਦੀ ਆ ਜੀ, ਕੋਈ ਚੱਕਰ ਨਹੀਂ ਗਾ, ਮਾਲਕ ਦੀ ਬੜੀ ਕਿਰਪਾ, ਕਿਵੇਂ ਪ੍ਰੋਸੈਸ ਚੱਲੀ ਜਾਂਦਾ, ਪਹਿਲਾਂ ਐਡ ਵੀ ਨਹੀਂ ਕਰਾਈ ਗਈ ਅਸੀਂ ਤਾਂ ਕਦੇ, ਅਤੇ ਫਿਰ ਵੀ ਅਸੀਂ 100 ਜਨਰੇਟਰ ਮਹੀਨੇ ਦਾ ਸਾਲ ਦਾ ਵੇਚ ਦਿੰਦੇ ਜਾਣੀ ਕਿ 100 ਕਨੋਪੀ। ਔਰ ਹੁਣ ਜਿਵੇਂ ਗਰਮੀ ਦਾ ਸੀਜ਼ਨ ਆ ਰਿਹਾ, ਬਾਹਲੀ ਗਰਮੀ ਐਤਕੀ ਕਹਿ ਰਿਹਾ ਪੈਣੀ ਆ, ਅਤੇ ਤੁਹਾਡੇ ਕੋਲ ਜਨਰੇਟਰ ਹੁਣ ਹੀ ਤਿਆਰ ਆ, ਮੁੜ ਕੇ ਸੀਜ਼ਨ ਦੇ ਵਿੱਚ ਥੋੜ੍ਹਾ ਰੇਟ ਵੀ ਵੱਧ ਜਾਂਦਾ, ਰਾ ਮਟੀਰੀਅਲ ਵੀ ਔਖਾ ਹੋ ਜਾਂਦਾ, ਕੀ ਕਹਿਣਾ ਚਾਹੋਗੇ? ਹਾਂਜੀ, ਰੇਟ ਤਾਂ ਫਿਰ ਜੋ ਰੇਟ ਵਧੂਗਾ ਜਿੰਨਾ ਉਨਾ ਕੀ ਵਧਾਉਣੇ ਆ ਅਸੀਂ, ਜੋ ਵੀ ਮਹਿੰਗਾਈ ਹੋ ਰਹੀ ਹੈ, ਜਿਵੇਂ ਤਾਂਬਾ ਕੋਪਰ ਵੱਧ ਗਿਆ, 125 ਰੁਪਏ ਕਿਲੋ ਵੱਧ ਗਿਆ, ਉਨਾ ਕੀ
ਕਰਦੇ ਆ, ਮਹਿੰਗਾ ਬਾਹਲਾ ਨਹੀਂ ਕਰਦੇ। ਤੁਹਾਡਾ ਮਤਲਬ ਹੁਣ ਅਗਲਾ ਲੈ ਜਾਵੇ ਤਾਂ ਮਤਲਬ, ਕਿਉਂਕਿ ਹੁਣ ਸੀਜ਼ਨ ਹਲੇ ਆਫ ਸੀਜ਼ਨ ਵਾਂਗੂ ਹੀ ਮੰਨਿਆ ਜਾਂਦਾ, ਜਿਹੜਾ ਸ਼ੁਰੂ ਹੋਣ ਵਾਲਾ ਸੀਜ਼ਨ, ਜੇ ਹੁਣ ਲੈ ਜੂਗਾ ਬੰਦਾ ਤਾਂ ਰਵਾਇਤ ਹੀ ਹੋਜੂ। ਹੁਣ ਤਾਂ ਜਿਹੜਾ ਮਾਲ ਤਿਆਰ ਪਿਆ ਉਹ ਪੁਰਾਣੇ ਰੇਟਾਂ 'ਤੇ ਦੇਵਾਂਗੇ, ਹਜੇ ਰੇਟ ਵਧਿਆ ਨਹੀਂਗਾ, ਜੇ ਵਧੂਗਾ ਤਾਂ ਜਾਣੀ ਕਿ ਫਿਰ ਉਸ ਨਾਲ ਵਧਾਵਾਂਗੇ ਜਿੰਨਾ ਵੀ। ਦਰਸ਼ਕੋ, ਆਪਾਂ ਬੈਠੇ ਹਾਂ ਪਾਲ ਕਿੰਗ ਜਨਰੇਟਰ ਵਾਲੇ ਬਾਈ ਜੀ ਦੇ ਨਾਲ, ਔਰ ਜਿਵੇਂ ਇਹਨਾਂ ਨੇ ਕਿਹਾ ਵੀ ਹਲੇ ਪੁਰਾਣੇ ਰੇਟ ਦੇ ਵਿੱਚ ਸਾਡੇ ਕੋਲ ਮਾਲ ਪਿਆ, ਕਿਉਂਕਿ ਜਿਸ ਤਰੀਕੇ ਨਾਲ ਕਾਪਰ ਅਤੇ ਹੋਰ ਜਿਹੜਾ ਚੀਜ਼ਾਂ ਵੱਧ ਰਹੀਆਂ, ਰੇਟ ਬਹੁਤ ਰਾ ਮਟੀਰੀਅਲ ਦਾ ਵਧਿਆ ਹੋਇਆ, ਬੜਾ ਤੇਜ਼ੀ ਆਉਣੀ ਹੈਗੀ ਆ। ਪਰ ਬਾਈ ਜੀ ਜਿੱਦਾਂ ਕਹਿੰਦੇ ਨੇ, ਕਹਿੰਦੇ ਜਿਹੜੇ ਪੁਰਾਣੇ ਜਨਰੇਟਰ ਆ, ਪੁਰਾਣੇ ਸਾਡੇ ਕੋਲ ਬਣਾ ਕੇ ਰੱਖੇ ਹੋਏ ਨਵੇਂ ਜਨਰੇਟਰ ਜਿਹੜੇ, ਉਹਨਾਂ ਨੂੰ ਅਸੀਂ ਉਹੀ ਰੇਟ 'ਤੇ ਵੇਚਾਂਗੇ। ਬਾਈ ਜੀ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਹੁਣ ਅਸੀਂ ਗੱਲ ਕਰਾਂਗੇ ਉਸ ਬਾਈ ਦੇ ਨਾਲ ਜਿਹੜਾ ਇਹਨਾਂ ਦੇ ਨਾਲ ਜਨਰੇਟਰਾਂ ਦੇ ਨਾਲ ਕਾਫੀ ਦੇਰ ਤੋਂ ਜੁੜਿਆ, ਕਾਫੀ ਇਹਨੇ ਰਿਸ਼ਤੇਦਾਰਾਂ ਦੇ ਲਵਾਏ ਆ, ਕਾਫੀ ਆਪਦੀ ਜ਼ਿੰਮੇਵਾਰੀ 'ਤੇ ਇਹਨੇ ਲੋਕਾਂ ਨਾਲ ਜੋੜਿਆ ਪਾਲ ਕਿੰਗ ਵਾਲਿਆਂ ਦੇ ਨਾਲ। ਬਾਈ ਕੀ ਕਹਿਣਾ ਚਾਹੇਗਾ, ਕਿਵੇਂ ਤੂੰ ਮਤਲਬ ਇਹ ਇੱਕ ਬ੍ਰਾਂਡ ਬਣਿਆ ਵੇ ਹੈਗੇ ਆ, ਕਿਵੇਂ ਤੁਸੀਂ ਇਹਨਾਂ ਨਾਲ ਜੁੜੇ ਔਰ ਕਿਵੇਂ ਇਹਨਾਂ ਦੀ ਗਾਂਹ ਮਦਦ ਕਰ ਰਹੇ ਹੋ, ਤੁਹਾਡੀ ਮਦਦ ਕਰ ਰਹੇ ਆ, ਔਰ ਤੁਹਾਨੂੰ ਕਦੇ ਲਾਂਭਾ ਨਹੀਂ ਆਇਆ? ਬਾਈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਇਹਨਾਂ ਨੂੰ ਬੁਲਾਇਆ, ਬਹੁਤ ਚਿਰ ਹੋ ਗਿਆ ਜੀ ਇਹਨਾਂ ਕੋਲ ਬਹਿੰਦੇ ਹਾਂ, ਮੈਂ ਇਹਨਾਂ ਕੋਲ ਗਿਆ ਵੀ ਹਾਂ, ਜਨਰੇਟਰ ਵੀ ਲਗਾ, ਸਰਵਿਸ ਵੀ ਵਧੀਆ ਟਾਈਮ ਨਾਲ ਕਰਦੇ ਆ, ਵਧੀਆ ਜਾਂਦੇ ਆ ਜੀ, ਕੋਈ ਇਹਨਾਂ ਦੀ ਕੰਪਲੇਂਟ ਨਹੀਂ ਮੇਰੇ ਕੋਲ, ਤਾਂ ਅਸੀਂ ਵਧੀਆ ਜਾਂਦੇ ਹੁੰਦੇ ਹਾਂ, ਵਰਤੇ ਭਰਾਵਾਂ ਨੂੰ ਵਰਤੇ ਇਹਨਾਂ ਕੋਲ ਹੁਣ ਤਾਂ। ਔਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਗਾਂਹ ਦੀ ਗਾਂਹ ਚੇਨ ਬਣਨ ਦੀ ਗੱਲ, ਤੁਸੀਂ ਜਿਹੜੇ ਰਿਸ਼ਤੇਦਾਰਾਂ ਦੇ ਲਵਾਏ ਉਹ ਗਾਂਹ ਲਵਾਈ ਜਾਂਦੇ ਆ, ਮਤਲਬ ਇਹ ਮੰਨੀਏ ਵੀ ਜਿਹੜਾ ਇੱਕ ਵਾਰੀ ਇਹਦਾ ਸਾਫ਼ ਸੁਥਰਾ ਕੰਮ ਕਰਕੇ, ਹੱਥ ਕਰਕੇ ਵਧੀਆ ਕਰਕੇ, ਅਤੇ ਕੰਮ ਜਿਹੜਾ ਹੈਗਾ ਉਹ ਗਾਂਹ ਦੀ ਗਾਂਹ ਸਹੀ ਹੁੰਦਾ? ਹਾਂਜੀ, ਬਹੁਤ ਵਧੀਆ ਸਹੀ ਹੁੰਦਾ ਕੰਮ, ਸਾਰੇ ਵਧੀਆ ਕਹਿੰਦੇ ਜੀ, ਕੋਈ ਮਾੜਾ ਨਹੀਂ ਕੰਮ ਹੋਇਆ। ਹੁਣ ਅਸੀਂ ਗੱਲ ਕਰ ਰਹੇ ਹਾਂ ਪ੍ਰੋਪਰਟੀ ਡੀਲਰ ਬਲਜੀਤ ਸਿੰਘ ਬਾਈ ਦੇ ਨਾਲ। ਪ੍ਰੋਪਰਟੀ ਡੀਲਰ ਇਹ ਇੱਕ ਐਸਾ ਇਨਸਾਨ ਆ ਜਿਹੜਾ ਬੜੇ ਲੰਬੇ ਸਮੇਂ ਤੋਂ ਪ੍ਰੋਪਰਟੀ ਦੇ ਕੰਮ ਦੇ ਵਿੱਚ ਸੇਵਾ ਕਰ ਰਿਹਾ ਹੈਗਾ, ਔਰ ਇਹ ਵੀ ਇਹਨਾਂ ਦਾ ਗ੍ਰਾਹਕ ਹੈਗਾ, ਇਹਨੇ ਵੀ ਕਾਫੀ ਜਨਰੇਟਰ ਲਵਾਏ ਆ। ਬਾਈ ਕੀ ਕਹਿਣਾ ਚਾਹੇਗਾ ਬਲਜੀਤ? ਬਹੁਤ ਵਧੀਆ ਜੀ, ਸਰਵਿਸ ਬਹੁਤ ਵਧੀਆ ਇਹਨਾਂ ਦੀ, ਠੀਕ ਹੈ, ਬਹੁਤ ਰੇਟ ਹਿਸਾਬ ਨਾਲ, ਤਾਂ ਹੀ ਕਰਕੇ ਮਤਲਬ ਤੁਸੀਂ ਨਾਲ ਆ ਰਹੇ ਹੋ। ਜਨਰੇਟਰ ਦੀ ਬਹੁਤ ਵਿਕਰੀ ਹੈ ਜੀ ਇਹਨੇ। ਔਰ ਜਿਸ ਤਰੀਕੇ ਦੇ ਨਾਲ ਗਰਮੀ ਜਦੋਂ ਘੋਰ ਗਰਮੀ ਹੁੰਦੀ ਆ, ਜਿਵੇਂ ਤੁਸੀਂ ਲਾਇਆ ਤੇ ਇਕੱਲਾ ਬਟਨ ਹੀ ਛੱਡਣਾ ਪੈਂਦਾ ਬੁੜੀਆਂ ਨੂੰ, ਉਹਨਾਂ ਦੀ ਬੋਝ ਹੀ ਕੋਈ ਨਹੀਂ। ਹਾਂਜੀ ਹਾਂਜੀ, ਬਸ ਚਲਾਉਣਾ ਹੀ ਆ, ਵੀ ਬੰਦੇ ਹੁਣ ਜਾਣਾ ਹੁਣ ਤੇ। ਹਾਂਜੀ, ਨੱਪਣਾ ਹੀ ਆ। ਲੰਬੇ ਸਮੇਂ ਦਾ ਤੂੰ ਜੁੜਿਆ ਹੋਇਆ ਬਾਲ ਭਾਈ ਪਾਲ ਗੈਂਗ ਵਾਲਿਆਂ ਦੇ ਨਾਲ, ਉਹਨਾਂ ਦੇ ਨਾਲ ਹੀ ਸਰਵਿਸ ਕਰ ਰਿਹਾ ਹੈਗਾ, ਉਹਨਾਂ ਦੇ ਨਾਲ ਹੀ ਜਿਹੜਾ ਹੈਗਾ ਜਨਰੇਟਰ ਬਣਾ ਰਿਹਾ, ਕੀ ਕਹਿਣਾ ਚਾਹੋਗੇ ਕਿ ਬਾਈ ਦਾ ਮਨ ਹੀ ਇਹ ਆ ਵੀ ਇਹ ਪਵਿੱਤਰਤਾ ਵਾਲਾ ਬੰਦਾ, ਕਿਰਪਾਨਧਾਰੀ ਬੰਦਾ, ਇਹਦਾ ਮਨ ਇਹ ਆ ਕਿ ਅਸੀਂ ਲੋਕਾਂ ਨੂੰ ਕੁਆਲਿਟੀ ਦੇਣੀ ਆ, ਤੁੱਥ ਮੁੱਥ ਨਹੀਂ ਕਰਨਾ ਗਾ, ਕਿਸੇ ਗੱਲ ਦੇ ਝੂਠ ਨਹੀਂ ਬੋਲਣਾ ਉਹਨਾਂ ਦੇ ਨਾਲ, ਜੋ ਕਿਹਾ ਉਹੀ ਕਰਾਂਗੇ। ਹਾਂਜੀ ਵੀਰੇ, ਅਸੀਂ ਕਹਿ ਕੇ ਚੀਜ਼ ਦਿੰਦੇ ਹਾਂ, ਜੇ ਕੋਪਰ ਦੀ ਹੋਊਗੀ ਤਾਂ ਕੋਪਰ ਦੀ ਹੋਊਗੀ, ਜੇ ਮੈਕਸ ਹੋਊਗੀ ਤਾਂ ਮੈਕਸ ਹੀ ਹੋਊਗੀ, ਅਸੀਂ ਕਹਿ ਕੇ ਚੀਜ਼ ਦਿੰਦੇ ਹਾਂ, ਜਿੰਨੇ ਪੈਸੇ ਲਾਉਣਗੇ ਉਨੀ ਆਪਾਂ ਉਹ ਹਿਸਾਬ ਨਾਲ ਚੀਜ਼ ਆਪਾਂ ਦਿੰਦੇ ਹਾਂ ਜੀ ਆਪਾਂ। ਔਰ ਕਿੰਨੀ ਦੇਰ ਦੇ ਤੁਸੀਂ ਬਾਈ ਜੀ ਦੇ ਨਾਲ ਇਕੱਠੇ ਜੁੜੇ ਹੋਏ? ਮੈਨੂੰ ਕੰਮ ਕਰਦੇ ਨੂੰ 17 ਸਾਲ ਹੋ ਗਏ ਬਾਈ ਨਾਲ, ਮੇਰਾ ਉਸਤਾਦ ਸੀਗਾ ਪਹਿਲਾਂ, ਜਾਣੀ ਕਿ ਬਾਈ ਨਾਲ ਦੋਨੇ ਇਕੱਠੇ ਕੰਮ ਸਿੱਖੇ ਸੀਗੇ, ਜਾਣੀ ਕਿ ਉਦੋਂ ਬਾਅਦ ਮੈਂ ਇੱਥੇ ਆ ਗਿਆ ਬਾਈ ਕੋਲ। ਅਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਵੇਂ ਬਾਈ ਬੋਝ ਪਾ ਲੈਂਦਾ ਜਦੋਂ ਕੋਈ ਫੋਨ ਆਉਂਦਾ ਇਹਨੂੰ, ਆਉਂਦਾ ਵੀ ਮੈਂ ਕੰਮ ਪਹਿਲਾਂ ਕਰਾ ਦਾਂ ਅਗਲੇ ਦਾ, ਇਹ ਅਗਲੇ ਦਾ ਪਹਿਲਾਂ ਅਤੇ ਬਾਅਦ ਵਿੱਚ ਦੂਜੇ ਦਾ? ਹਾਂਜੀ ਨਹੀਂ, ਅਗਲੇ ਦਾ ਪਹਿਲਾਂ ਜੀ, ਬਾਅਦ 'ਚ ਵੀ, ਕਿਉਂਕਿ ਆਏ ਹਾਂ ਜੇ ਬਾਈ ਫੋਨ ਵੀ ਲਾਊਗਾ ਤਾਂ ਉਹ ਸਰਵਿਸ ਆਪਾਂ ਅਸੀਂ ਦਿੰਦੇ ਹਾਂ ਜੀ, ਠੀਕ ਹੈ, ਜੇ ਬਾਈ ਨੂੰ ਕਿਤੇ ਕੰਮ ਹੁੰਦਾ ਵਾ, ਕਿਤੇ ਸਮਾਨ ਲੈਣ ਗਿਆ ਹੁੰਦਾ ਜਨਰੇਟਰਾਂ ਦਾ, ਸਰਵਿਸ ਅਸੀਂ ਦਿੰਦੇ ਹਾਂ ਮਗਰੋਂ। ਆਪਾਂ ਬੈਂਕਾਂ ਦੀ ਗੱਲ ਕਰ ਲਈਏ, ਆਪਾਂ ਵੱਡੇ ਵੱਡੇ ਅਦਾਰਿਆਂ ਦੀ ਗੱਲ ਕਰ ਲਈਏ, ਆਪਾਂ ਸਕੂਲਾਂ ਦੀ ਗੱਲ ਕਰ ਲਈਏ, ਕਾਲਜਾਂ ਦੀ ਗੱਲ ਕਰ ਲਈਏ, ਬਹੁਤ ਜਗ੍ਹਾ 'ਤੇ ਤੁਸੀਂ ਜਨਰੇਟਰ ਲਾਏ ਆ, ਔਰ ਹੁਣ ਜਿਹੜਾ ਕਿ ਪੁਰਾਣੇ ਰੇਟ ਦੇ ਵਿੱਚ ਜਨਰੇਟਰ ਹੈਗੇ ਆ, ਜੇ ਕੋਈ ਆਰਡਰ ਕਰਕੇ ਜਾਂਦਾ ਪੈਸੇ ਕੈਸ਼ ਦੇ ਜਾਂਦਾ, ਤਾਂ ਕੀ ਉਹਨੂੰ ਪੁਰਾਣੇ ਰੇਟ 'ਚ ਮਿਲ ਜੂਗਾ? ਹਾਂਜੀ ਹਾਂਜੀ, ਪੁਰਾਣੇ ਰੇਟ 'ਚ ਦੇਵਾਂਗੇ ਜੇ ਆਰਡਰ ਕਰਦਾ ਤਾਂ, ਜੇ ਆਰਡਰ ਕਰੂਗਾ ਤਾਂ ਪੁਰਾਣੇ ਰੇਟ, ਜਿਵੇਂ ਅਸੀਂ ਟਾਵਰਾਂ ਵਾਲਾ ਮਾਲ ਵੀ ਚੱਕਦੇ ਹਾਂ, ਆਪਸ਼ਨ ਦਾ ਮਾਲ ਵੀ ਚੱਕਦੇ ਨਾਲ ਟਾਵਰਾਂ ਵਾਲਾ, ਉਹ ਵੀ ਸੈੱਟ ਮਿਲਣਗੇ, ਬਹੁਤ ਵਧੀਆ ਸੈੱਟ ਹੁੰਦੇ ਆ, 10 KVA ਦੇ, 15 KVA ਦੇ, 25 KVA ਦੇ, 40 KVA, 62 KVA, 82 KVA, 125 KVA, ਜੇ ਮਹਿੰਦਰਾ ਸੈੱਟ ਬਹੁਤ ਬੈਸਟ ਆ, ਬਹੁਤ ਕੁਆਲਿਟੀ ਵਾਲੇ ਸੈੱਟ ਆ ਮਹਿੰਦਰਾ ਦੇ, ਐਵਰੇਜ ਵੀ ਬਹੁਤ ਸੋਹਣੀ ਆ, 1.25 ਲੀਟਰ ਤੇਲ ਘੰਟੇ ਦਾ ਖਾਂਦਾ, 10 KW ਦਾ 2 AC ਚਲਾ ਆਉਂਦਾ, 15 KW ਜਿਹੜਾ 15 KVA ਆ, 4 AC ਚਲਾ ਕੇ ਨਾਲ ਘਰ ਦਾ ਲੋਡ ਚਲਾ ਕੇ 2.25 ਲੀਟਰ ਤੇਲ ਖਾਂਦਾ ਸਾਰਾ, ਇੰਨੀ ਐਵਰੇਜ ਸੋਹਣੀ ਆ। ਬਾਈ ਜੀ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਆਪ।